कौन खिलाड़ी है? एक टोरंटो के कबड्डी कप का बेस्ट रेड है, आज के समय का टॉपर खिलाड़ी परमजीत मुड़िया मैदान के बाकी। हाँ मार दो ताड़िया एक बार पंजाबी जी ने जोरदार। सब तो महंगा प्लेयर है 2017 के सीजन का, महंगा कबड्डी खिलाड़ी रेड पाने वास्ते परमजीत मुड़िया बाकी मैदान के बदल हो। अर्श चोला साहब जिस खिलाड़ी का मोटरसाइकिल का मान सम्मान होया ना टकरण की कोशिश करता होया बागी हरदा पिछे आउट बागी दा। मैच फाइनल दा दोस्तों होने लगा, गबरू फिरदे खिंची तैयारियां ने, कोई बेस्ट एडर कोई बेस्ट जाफी कई विच बड़े शामला मारिया ने, लुकिंग करते ने गल्ला वेख जिसे सोने बनाए शरीर सब खिलाड़िया ने लखे सिद्धवाज के कप नूं कौन जितू टीम दोवे ही पासे भारिया ने भारिया टीम ने ते मैदान दे विच ए आ संदीप ਲਓ ਸੰਦੀਪ ਵਾਣ ਨੇ ਪਹਿਲਾ ਜਫਾ ਇਸ ਮੈਦਾਨ ਚ ਲਾਇਆ। ਇਹ ਆ ਨੌਜਵਾਨ ਪੰਡਤ ਰੌੜੀਆ ਵਾਲਾ ਮੇਰੀ ਵੀਰੀ ਕਬੱਡੀ ਕਲੱਬ ਅਮਰੀਕਾ ਦੀ ਟੀਮ ਦਾ ਖਿਡਾਰੀ ਪੰਡਤ, ਜਿਹੜਾ ਤਿੰਨ ਜਫੇ ਲਗਾਤਾਰ ਲਾ ਗਿਆ ਉਹਨੂੰ 50,000 ਰੁਪਈਆ ਦਿੱਤਾ ਜਾਣਾ ਹੈ। ਇੰਦਰਜੀਤ ਧੋਕਾ ਜੀ ਉਹਨਾਂ ਵੱਲੋਂ ਵੱਡਾ ਮਾਨ ਸਨਮਾਨ ਹੋਵੇਗਾ, ਲੱਗੂ ਪਹਿਲਾ ਜਫਾ ਕਿ ਨਹੀਂ ਸੁੱਖੇ ਰੰਧਾਵੇ ਉਹਨਾਂ ਵੱਲੋਂ ਔਰ ਸਾਡੇ ਬੂਟੇ ਚਾਲ ਉਹਨਾਂ ਵੱਲੋਂ ਆਟੋ ਵਾਂਦੇ ਹਰਵਿੰਦਰ ਵਾਸੀ ਦੇ ਸੁੱਖੇ ਵਾਸੀਆਂ ਵੱਲੋਂ ਵੱਡੇ ਮਾਨ ਸਨਮਾਨ ਹੋਣਗੇ। ਨਿੰਦਰ ਧਾਲੀਵਾਲ ਜੀ ਮਾਧੋਪੁਰ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ, ਰੈਂਬੋ ਸਿੱਧੂ ਉਹਨਾਂ ਦਾ ਔਰ ਸਾਡੇ ਵੀਰ ਰਾਣੀ ਸਿੱਧੂ ਉਹਨਾਂ ਦਾ ਸਭ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਲਓ ਅਗਲੀ ਕਬੱਡੀ ਪਾਉਣ ਦੇ ਲਈ ਇਹ ਆ ਤਾਜਾ ਕਾਲਾ ਸੰਘਿਆ ਵਾਲਾ, ਚਾਰ ਕਬੱਡੀਆਂ 40,000 ਦੀਆਂ ਭਾਈਆਂ ਲਾਂਬੜੇ ਕਬੱਡੀ ਕੱਪ ਦੇ ਬੜਾ ਯਾਦਗਾਰੀ ਮੈਚ ਰਿਹਾ, ਅੱਜ ਦਾ ਮੈਚ ਵੀ ਬੜਾ ਯਾਦਗਾਰੀ। ਹਾਂ ਵੱਲੋ ਵੱਲੋ ਆਨਰੀ ਸਰ ਇੱਕ ਜ਼ੋਰ ਦੇ ਨਾਲ ਕਬੱਡੀ 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 ਬਾਏ ਤਾਜਾ ਕਾਲਾ ਸੰਘਿਆ ਵਾਲਾ ਆਪਣੀ ਟੀਮ ਦੇ ਵਿੱਚ ਜੋੜਨ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਕਬੱਡੀ ਖਿਡਾਰੀ। ਅਗਲੀ ਰੇਡ ਦੇ ਨਾਲ ਫਿਰ ਜੁੜਾਂਗੇ, ਇਹ ਆ ਨੌਜਵਾਨ ਅੱਗੇ ਵੱਧ ਕੇ ਦੇਖਦੇ ਨੇ ਹਮਲਾ ਬੋਲਦਾ ਹੋਇਆ ਜੱਸੀ ਜੱਸੀ ਚੁੰਨੀ ਵਾਲ ਜ਼ਿਲ੍ਹਾ ਬਰਨਾਲਾ ਹੈ, ਵਿਨੀ ਪੈਗ ਦੇ ਵਿੱਚ ਰਹਿੰਦਾ ਟਨ ਵਾਹ ਬੱਲੇ ਬੱਲੇ ਹੁੰਦੀ ਹੋਈ ਮੈਦਾਨ ਵਿੱਚ ਬਾਗਿਆਂ ਵਾਲਾ ਫਿਰ ਕੋਸ਼ਿਸ਼ ਕਰਦਾ ਡਾਕਰਣ ਦੀ ਹਰਦਾ ਪਿੱਛੇ ਕਦੇ ਸੱਜੇ ਕਦੇ ਖੱਬੇ, ਦੁਨੀਆ ਦਾ ਮੰਨਿਆ ਪ੍ਰਬੰਧਿਆ ਕਬੱਡੀ ਖਿਡਾਰੀ ਕਿੰਗ ਜਾਫੀ ਲਾਓ ਜਾਫਾ ਕੇ ਨਹੀਂ ਆਹ ਗੱਲ ਕੀ ਬਣਦੀ ਉਖਰ ਦੇ ਪੈ ਮੰਗੀ ਮੈਦਾਨ ਦੇ ਵਿੱਚ ਲਾਓ ਕਾਮਯਾਬ ਹੁੰਦਾ ਹੋਇਆ ਐਨਆਰਆਈ ਕਬੱਡੀ ਕਲੱਬ ਨਕੋਦਰ ਦੇ ਹਿੱਸੇ ਬਹੁਤ ਵਧੀਆ ਨੰਬਰ ਜੁੜਦਾ ਹੋਇਆ ਮੱਖਣ ਮੱਖੀ ਦੀ ਅਗਲੀ ਰੇਡ ਦੇ ਨਾਲ ਫਿਰ ਜੁੜੀਏ ਇਸ ਮੈਦਾਨ ਦੇ ਵਿੱਚ ਮੱਖਣ ਮੱਖੀ ਵਾਲਾ ਜਗਮੋਹਨ ਸਿੰਘ ਸੰਧੂ ਨਾਮ ਹੈ ਮੱਖਣ ਮੱਖੀ ਵਾਲਾ ਕਹਿੰਦੇ ਪਿਆਰ ਦੇ ਨਾਲ ਇੱਕ ਦੀ ਡਾਲ ਪਰ ਡਬਲ ਪੁਆਇੰਟ ਐਨਆਰਆਈ ਕਬੱਡੀ ਕਲੱਬ ਨਕੋਦਰ ਦੇ ਹਿੱਸੇ ਦੇ ਵਿੱਚ ਨੰਬਰ ਜੁੜਦਾ ਹੋਇਆ ਪਰਮਜੀਤ ਮੁਰੀਆ ਬਾਗੀ। ਇੰਦਰਜੀਤ ਸਿੰਘ ਦੱਸ ਸਕਦਾ ਵੀ 2017 ਵਿੱਚ ਕਿੰਨਾ ਰੇਟ ਲੱਗਾ ਇਸ ਖਿਡਾਰੀ ਦਾ ਦੱਸਦੇ ਨੌਜਵਾਨ ਕਹਿੰਦੇ ਵੀ ਇਹਦਾ ਥੋੜਾ ਸਸਪੈਂਸ ਹੈ ਪਰ ਮੈਨੂੰ ਲੱਗਦਾ ਵੀ ਹਾਫ ਸੈਂਚਰੀ ਹੋਊਗੀ ਹਾਫ ਸੈਂਚਰੀ ਦੇ ਲਾਗੇ ਬੰਨੇ ਗੱਲ ਹੋਣੀ ਹੈ। ਲਓ ਸਭ ਤੋਂ ਮਹਿੰਗਾ ਜਿਹਾ ਖਿਡਾਰੀ ਹੈ ਪਰਮਜੀਤ ਮੁਰੀਆ ਬਾਗੀ ਕਈ ਹੋਈ ਕਬੱਡੀ ਦੇ ਗੱਲ ਕੀ ਬਣਦੀ ਲਓ ਹਲਕਾ ਜਿਹਾ ਟੱਚ ਕਰਦਾ ਹੋਇਆ ਬਾਗੀ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਇਹ ਇੰਟਰਨੈਸ਼ਨਲ ਲਈ ਖੇਡਣ ਇੰਦਰਜੀਤ ਧੁੱਗੇ ਉਹਨਾਂ ਦੀ ਖੇਡ ਕਲੱਬ ਆਟੋ ਵਾਂਦੇ ਹਰਵਿੰਦਰ ਵਾਸੀ ਸੁੱਖੇ ਵਾਸੀ ਉਹਨਾਂ ਦੀ ਖੇਡ ਕਲੱਬ ਦੇ ਵਾਸਤੇ ਖੇਡੇਗਾ ਪਰਮਜੀਤ ਮੁਰੀਆ ਬਾਗੀ 2017 ਦਾ ਟੋਰਾਂਟੋ ਦਾ ਖੇਡ ਸੀਜ਼ਨ ਜਾਂ ਸੋਲੋਨਾ ਦੀ ਖੇਡ ਕਲੱਬ ਮਿੱਠੂ ਹਾਊਸ ਆਫ ਟਾਇਰ ਵਾਲੇ ਵੀ ਖੇਡ ਕਲੱਬ ਔਰ ਰੋਮੀ ਮਰਿਆਸ ਉਹਨਾਂ ਦਾ ਵੀ ਧੰਨਵਾਦ ਹੈ ਜੋ ਯੰਗ ਕਬੱਡੀ ਕਲੱਬ ਦੇ ਨਾਲ ਟੋਰਾਂਟੋ ਯੰਗ ਪੈਂਥਰਸ ਦੇ ਨਾਲ ਜੁੜੇ ਹੋਏ ਨੇ ਮੈਦਾਨ ਦੇ ਵਿੱਚ ਬੱਲੇ ਬੱਲੇ ਆਓ ਖੜੇ ਪੈਰ ਬਾਹਰ। ਇਹ ਆ ਬਲਜਿੰਦਰ ਸਿੰਘ ਸੀਚੇ ਵਾਲੀ ਹੈ ਐਨਆਰਆਈ ਕਬੱਡੀ ਕਲੱਬ ਨਕੋਦਰ ਦੇ ਵਾਸਤੇ ਇੱਕ ਹੋਰ ਨੰਬਰ ਦਾ ਵਾਧਾ ਕਰਦਾ ਹੋਇਆ ਨਵੀਂ ਪੰਥਾ ਜੇ ਨੰਬਰ ਰਹਿ ਗਿਆ ਤੇਰੇ ਵਾਸਤੇ ਅੱਜ ਤਾੜੀਆਂ ਵੱਜਣਗੀਆਂ ਕਮਾਲ ਦੀਆਂ ਪ੍ਰਮੋਟਰ ਆਏ ਹੋਏ ਨੇ ਤੈਨੂੰ ਕੈਨੇਡਾ ਵੀ ਲਿਜਾ ਸਕਦੇ ਨੇ ਵੱਧ ਕੇ ਕਬੱਡੀਆਂ ਪਾ ਨੌਜਵਾਨ ਮੰਨੇ ਪਰਮੰਨੇ ਕਬੱਡੀ ਦੇ ਜਾਫੀ ਨੇ ਲਓ ਇਧਰ ਹੁੰਦੀ ਹੋਈ ਬਹਿ ਜਾ ਹਦੋ ਪਾਸੇ ਅਰਸ਼ ਚੋਲਾ ਸਾਹਿਬ ਦਾ ਕਹਿੰਦਾ ਪੰਡਤ ਨਾ ਮੈਂ ਨੌਜਵਾਨ ਅਰਸ਼ ਚੋਲਾ ਸਾਹਿਬ ਦਾ ਜਿਹੜਾ ਤਿੰਨ ਲਗਾਤਾਰ ਲਾ ਗਿਆ ਉਹਨੂੰ 50,000 ਰੁਪਈਆ ਦਿੱਤਾ ਜਾਣਾ ਅੱਜ ਇਸ ਕਬੱਡੀ ਕੱਪ ਦੇ ਵਿੱਚ ਲਓ ਰੇਡ ਇਸ ਸਮੇਂ ਬਲਰਾਮ ਪੂਰਾ ਬੱਗੇ ਪਿੰਡੀਆ ਪਾਉਂਦਾ ਹੋਇਆ ਵੈਨਕੂਵਰ ਦੇ ਵਿੱਚ ਚੈਂਪੀਅਨਸ ਕਬੱਡੀ ਲੀਗ ਦਾ ਉੱਤਮ ਖਿਡਾਰੀ ਰਿਹਾ ਆਹ ਨੌਜਵਾਨ ਜੋ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਪਈ ਹੋਈ ਕਬੱਡੀ ਦੇ ਇੱਧਰ ਫਿਰ ਇਸ਼ਾਰਾ ਕਰਦੇ ਹੋਏ ਅੰਨਾਰੇ ਕਬੱਡੀ ਕਲੱਬ ਨਕੋਦਰ ਦੇ ਹਿੱਸੇ ਦੇ ਵਿੱਚ ਇੱਕ ਹੋਰ ਨੰਬਰ ਮੱਖਣ ਧਾਲੀਵਾਲ ਉਹਨਾਂ ਦੀ ਖੇਡ ਕਲੱਬ ਹੈ ਮੇਰੀ ਮੇਰੀ ਕਬੱਡੀ ਕਲੱਬ ਅਮਰੀਕਾ ਬਲਵੀਰ ਬੱਧੂ ਜੀ ਸ੍ਰੀ ਪਿੰਡ ਵਾਲੇ ਨਿਊਜ਼ੀਲੈਂਡ ਦੇ ਹੈਮਿਲਟਨ ਤੋਂ ਨੇ ਬਬਲੂ ਕੁਰੂਕਸ਼ੇਤਰ ਹੈ ਸ਼ਿੰਦਰ ਸਮਰਾ ਸਮਰਾਏ ਪਿੰਡ ਵਾਲਾ ਤੇ ਨਾਲ ਵੱਡਾ ਸਹਿਯੋਗ ਬਲਿਆਰ ਮਾਲ ਉਹਨਾਂ ਦਾ ਗੋਪਾ ਬੈਸ ਮਾਨ ਘਢੇਰੀ ਦਾ ਸਾਡੀ ਖੇਡ ਕਬੱਡੀ ਦਾ ਵੱਡਾ ਪ੍ਰਮੋਟਰ ਮੈਦਾਨ ਦੇ ਵਿੱਚ ਬੱਲੇ ਬੱਲੇ ਹੁੰਦੀ ਹੋਈ ਹਰਜੋ ਪਾਸੇ ਹੁਣ ਵੇਖਦੇ ਨੇ ਹੁੰਦਾ ਹਵਾ ਹਵਾਈ ਬਹੁਤ ਵਧੀਆ ਦੋ ਲੈ ਵੀ ਅਰਸ਼ ਦੋ ਹੋ ਗਏ
जे तीसरा लग गया तो फिर कमाल हो ब्रह्मटन की खेड क्लब ने खेलना अर्श ने 2017 का खेल सीजन सुखे उन्हों की टीम बूटे चाल उन्हों की खेड क्लब है ते मंड ब्रदर जरनैल सिंह मंड साहब उन्हों की वो खेड क्लब है ब्रह्मटन की टीम वड्डा नाम है वड्डे जिगरे वाला खिलाड़ी ताजा काला संगे वाला हटिया पिछे ना होना कमाल तेरी से है एक योग ने होना था कमाल ते पर पर देखिए हथूर वाला एकदम हथूर वाला एंड कहते सिरे दा जपा ला के एक होर तगड़े पैर दा वादा करदा होया इतना हजार रुपया तो ये फासी आ चुके है बाकी दिया तीन कबड्डियां दे 20000 रुपया लग गया जी एडवांस दे विच तीन कबड्डियां दे 20000 ये जाफी जफा ला गया जाफी दा नहीं तो बाकी नु 20000 पर जे हुण अर्श लाऊगा तो 70000 मिलदा है क्योंकि 50000 तो पहला ही है अब मैदान विच बल्ले बल्ले बाकी दी पैसे रोड केड़ा लाऊ जफा अर्श चोला साहब 70000 दा जफा लगू के नहीं हुण हो कमाल हरो पिछे तो सज्जे करे सब कबड्डी कबड्डी 70000 वाह ओ नौजवान 70000 इंद्रजीत सिंह ढोगा क्या सिस्टो वाह अगली कबड्डी मार दे रही मैदान दे विच वधिया सा मक्खन मक्खी वाला संधू परिवार दा आ हुंदी होई फिर बाजा बाजा बजू सिद्धा इक दो विच बंदा कमाल एक मैं नाल नौजवान लखा नाल देख रहे अमन ठिगड़ी वाला ते इधरे पासे संदीप अवान पिंडिया दा खेलने दी कोशिश करदा कल नु चिड़ियाले मंजकी दे विच वी वड्डा कबड्डी कप होणा है और सुनंदा शर्मा जी दा उत्थे अखाड़ा लगेगा रंगा रंग प्रोग्राम पेश होगा जितेंद्र जौल जी होनी मोड़ा योद्धा वाला उन्होंने सारे साथी सुखा चक्का वाला सब सदा देते हुए लाओ इधर अगली दे गुरमुख सिंह जी कमाल होना का भी धन्यवाद इधर मंगी मंगी मैदान दे भाई भाई बल्ले बल्ले आओ बहुत तगड़े जब फिर कुछ चंद भी नौजवान है जेड़े मंगी की खेड के दीवाने ने ताड़िया मार देने एक बार जोरदार ਮੰਗੀ ਦੇ ਵੀ ਦੋ ਜਫੇ ਹੋ ਗਏ ਨੇ ਜਾਂ ਤੀਸਰਾ ਲੱਗ ਗਿਆ ਤੇ 50000 ਦਾ ਜੇਤੂ ਮੰਗੀ ਵੀ ਬਣੂ ਅੱਜ ਬਟੇਲੀ ਦੇ ਕਬੱਡੀ ਕੱਪ ਦੇ ਵਿੱਚ ਲਓ ਅਗਲੀ ਰੇਡ ਪਾਉਣ ਦੇ ਲਈ ਬਜਿੰਦਰ ਸਿੰਘ ਸੀਚੇ ਵਾਲਿਆ ਮੰਨਿਆ ਪਰ ਮੰਨਿਆ ਕਬੱਡੀ ਖਿਡਾਰੀ ਐਨਆਰਏ ਕਬੱਡੀ ਕਲੱਬ ਨੇ ਗੋਤਰ ਦਾ ਵਾਹ ਆਓ ਬੱਲੇ ਬੱਲੇ ਹੁੰਦੀ ਹੈ ਮੈਦਾਨ ਵਿੱਚ ਸੰਦੀਪ ਕਰਦਾ ਕੁਛ ਰੋ ਲੱਖਾਂ ਕੋਠੇ ਦੇ ਕੰਮ ਵਾਲਾ ਬਹੁਤ ਤਗੜੇ ਜਫੇ ਦੀ ਕੋਸ਼ਿਸ਼ ਕਰਦਾ ਹੋਇਆ ਜੇ ਲੱਖਾਂ ਜਫਾ ਲਾ ਗਿਆ ਲੱਖੇ ਲਈ ਵੀ ਤਾੜੀਆਂ ਵੱਜਣਗੀਆਂ ਮੀਰੀ ਮੀਰੀ ਕਬੱਡੀ ਕਲੱਬ ਅਮਰੀਕਾ ਦਾ ਆਇਆ ਲੱਖਾਂ ਹੁਸ਼ਿਆਰਪੁਰੀ ਹੈ ਲੱਖਾਂ ਕੋਠੇ ਦੇ ਕੰਮ ਵਾਲਾ जे मंगी जफा ला गया पंजाब का पहला जस सोल कहना दस मेरा भी जोड़ दो 60000 का हुण जफा होना है जे मंगी जफा ला गया इस कबड्डी ते दा 60000 रुपया दिता जाएगा ना ठुली वाली जसी मैदान विच कनेडा दा बसरी अकाल मंगी दा 60 हो गया जी 60 हो गया 10000 रुपया जस सोल इंद्रजीत ढोगा जी सुखा रंधावा जी हरविंदर बासी सुखा बासी जी शाह जसवंत सिंह जी ढोगा जी के बेटे वाले मान सम्मान राज दे पासे एकम 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 करदा कोठी वाह बल्ले बल्ले कमाल बल्ले जी हुई पई मैदान दे विच तगड़ा जफा लगण दी कोशिश चल रही है पर ये एकम एकम हथूर है बगला भरदा मंगी हंदिया ते आ फड़दा मन्ने पर मन्ने कबड्डी लाओ नाली वाटर ब्रेक आराम दे पालने अज जे बस होणगे किंग टेकी दे सुखा टेसी उहनां वल्लों एक मोटरसाइकिल दिता जाएगा दूसरा मोटरसाइकिल हाउस ऑफ टायर दे मालक मिट्टी कबड्डी हुण होऊगी अगलियां दो ते 30000 लग गया जे जाफी जफा ला गया बागी नूं जे 30000 रुपया जाफी नूं नहीं तां बागी नूं अगली कबड्डी तों बाद 30000 तां बग्गे वाला मैदान दे विच कोई कोई मैदान वाला कबड्डी कबड्डी कर आओ बागी परमजीत बरिया बलवीर मधु श्री वाले का ना शिंदर समरा बलियार रंधावे उन्होंने बलियार सिंह बाल उन्होंने साडे वीर गोपे बैस उन्होंने आओ मैदान में बल्ले बल्ले आज फिर बाद गल होगी इस मिनट खेलने की कोशिश करता हुआ आप परी बगल मच गई कैंची अमन इधर पास देखते हैं हुंदा है कमाल एकम हठूर वाला एकम मल्या पर मल्या खिलाड़ी एकम ने तारिया मार दे जोर दे एकम दे वास्ते आज हठूर वाला भी कहते सिरे दे जफे लाउंदा है हठूर वाला भी कमाल करी जांदा है लेकिन धारीवाल कहते भी टंटो दे विच बैठा मैचां दा आनंद मारदा है जसपाल मान जी न्यू मिलेनियम ट्रांसपोर्ट दे जो मैनेजर साहब ने ओ भी समय लाइव आनंद मार रहे धन्यवाद अर्श चोला साहब वाला मैदान में कोशिश कर रहा है ਇਹ ਪੰਡਤ ਰੌੜੀਆਂ ਵਾਲਾ ਕਿ ਪੰਡਤਾ ਤੂੰ ਮੇਰਾ ਟੇਵਾ ਦੇਖ ਦੇ
ਸੁੱਖਾਂ ਦੀ ਗੱਲ ਕੋਈ ਨਾ, ਦੁੱਖ ਕਿਵੇਂ ਰਹਿੰਦੇ ਨੇ ਲਕੀਰ ਵੇਖਦੇ। ਲਓ ਪੰਡਿਤ ਖੇਡ ਕਬੱਡੀ ਦਾ ਮੈਦਾਨ ਦੇ ਵਿੱਚ ਕਮਾਲ ਕਰਦਾ ਹੋਇਆ, ਅਗਲੀ ਰੇਡ ਮੈਦਾਨ ਦੇ ਵਿੱਚ ਪਈ ਹੋਈ ਮੱਖਣ ਮੱਖੀ ਦੀ, ਕੌਣ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ? ਇਹ ਆ ਸੰਦੀਪ ਆਵਾਨ ਪਿੰਡੀ ਹੈ। ਜੇ ਬਵੇਲੀ ਦਾ ਕਬੱਡੀ ਕੱਪ ਵਧੀਆ ਲੱਗ ਰਿਹਾ, ਪ੍ਰਬੰਧਕਾਂ ਲਈ ਤਾੜੀ ਮਾਰਦੇ ਇੱਕ ਵਾਰੀ ਜ਼ੋਰਦਾਰ ਪੰਜਾਬੀ ਦੀ। ਵਾਹ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਹਾਂ, ਸਪਰੇ ਸਪਰੇ ਗਰਾਊਂਡ ਦੇ ਪੁੱਜਦੀ ਕਰ ਦਿਓ ਜੀ, ਮੂੰਹ ਸਪਰੇ ਮਿਹਰਬਾਨੀ ਕਰਕੇ ਗਰਾਊਂਡ ਦੇ ਵਿੱਚ ਪੁੱਜਦੀ ਕੀਤੀ ਜਾਵੇ। ਬਹੁਤ ਬਹੁਤ ਧੰਨਵਾਦ। ਲਓ ਇਹਦੇ ਪਾਸੇ ਜੁੜੀਏ ਖੇਡ ਮੈਦਾਨ ਦੇ ਨਾਲ। ਲਓ ਡਬਲ ਟੱਚ ਦੇ ਇਸ਼ਾਰੇ ਨਾਲ ਬੱਲ ਬੱਲ ਭਰੀਆ ਘੁੱਗੀ, ਵਾਹ ਤਕੜੇ ਪੈਣ ਦਾ ਵਾਅਦਾ ਕਰਦਾ ਹੋਇਆ ਘੁੱਗੀ ਬੱਲ ਭਰੀਆਂ ਵਾਲਾ ਸੀਚੇ ਵਾਲੀਆ ਮਨਜਿੰਦਰ ਹੈ, ਸੰਤ ਬਲਵੀਰ ਸਿੰਘ ਜੀ ਸੀਚੇ ਵਾਲ ਵਾਤਾਵਰਨ ਦੇ ਮਸੀਹਾ ਨੇ। ਲਓ ਸੀਚੇ ਵਾਲੀ ਇਹਦੀ ਪਈ ਹੋਈ ਕਬੱਡੀ ਦੇ, ਫਿਰ ਕੌਣ ਨੌਜਵਾਨ ਫੜਨ ਦੀ ਕੋਸ਼ਿਸ਼ ਕਰਦਾ? ਵਾਸੀ ਪਰਿਵਾਰ ਤੇ ਤੁੱਗਾ ਪਰਿਵਾਰ ਵੱਲੋਂ ਫਸਟ ਦੇ ਸੈਕਿੰਡ ਪ੍ਰਾਈਜ਼ ਦਿੱਤੇ ਜਾਣੇ ਨੇ। ਬਲਜਿੰਦਰ ਸਿੰਘ ਜੀ ਆਸਟ੍ਰੇਲੀਆ ਵਾਲੇ ਉਹ ਵੀ ਉਚੇਚੇ ਤੌਰ ਤੇ ਪੁੱਜੇ ਹੋਏ ਆ। 9 ਮਾਰਚ ਨੂੰ ਕਰਦੇ ਆ, 9 ਮਾਰਚ ਨੂੰ ਧਰੇਰ ਕਲਾਂ ਦੇ ਵਿੱਚ ਰਵੀ ਸਰਪੰਚ ਦੀ ਯਾਦ ਦੇ ਵਿੱਚ ਵੱਡਾ ਕਬੱਡੀ ਕੱਪ ਹੋਵੇਗਾ। ਆਪ ਸਭ ਨੂੰ ਸੱਦੇ ਦਿੱਤੇ ਜਾ ਰਹੇ ਨੇ 9 ਮਾਰਚ। ਲਓ ਬਾਕੀ ਦੀ ਅਗਲੀ ਕਬੱਡੀ 30,000 ਦੀ, 30,000 ਦੀ ਕਬੱਡੀ ਹੈ। ਜਾਫੀ ਜੱਫਾ ਲਾ ਗਿਆ ਜੀ, ਬਾਕੀ ਦੀ ਆਖਰੀ ਕਬੱਡੀ ਮੈਦਾਨ ਦੇ ਵਿੱਚ ਕਮਾਲ ਹੁੰਦੀ ਹੋਈ ਅੱਗੇ ਵੱਧ ਕੇ ਬੋਲਿਆ। ਧਾਵਾ ਉੱਡਣਾ, ਨਾਲ ਅਰਸ਼ ਹੈ, ਨਾਲ ਕੇਸ਼ੀ ਹੈ, ਨਾਲ ਮੰਗੀ ਬੱਲੇ ਬੱਲੇ ਹੋਈ ਪਈ। ਸੁਖਪਦੇਵ ਜੋਤੀ ਸਮਰਾ ਜੀ, ਨਿੰਦਰ ਧਾਲੀਵਾਲ ਜੀ, ਮਾਧੋਪੁਰ ਵਾਲੇ ਨਾਲ ਉਕਾਰ ਗਰੇਵਾਲ ਚੈਂਪੀਅਨਸ ਕਬੱਡੀ ਲੀਗ 2017 ਦੇ ਵਿੱਚ ਵੀ ਹੋਊਗੀ। ਆਪ ਸਭ ਨੂੰ ਸੱਦੇ ਦਿੱਤੇ ਜਾ ਰਹੇ ਨੇ। ਕੋਈ ਬ੍ਰਿਟਿਸ਼ ਕੋਲੰਬੀਆ ਖੇਡੂ, ਕੋਈ ਅੰਟਾਰੀਓ ਦੇ ਵਿੱਚ ਖੇਡੂ, ਕੋਈ ਕੈਲੀਫੋਰਨੀਆ ਅਮਰੀਕਾ ਦੇ ਖੇਡ ਮੈਦਾਨ, ਕੋਈ ਇੰਗਲੈਂਡ, ਕੋਈ ਯੂਰਪ। ਲਓ ਪੰਡਿਤ ਦੀ ਪਈ ਰੇਡ ਤੇ ਕੌਣ ਨੌਜਵਾਨ ਫੜਨ ਦੀ ਕੋਸ਼ਿਸ਼ ਕਰਦਾ? ਸਾਰੇ ਪ੍ਰਵਾਸੀਆਂ ਦਾ ਧੰਨਵਾਦ, ਕਬੱਡੀ ਦੇ ਪ੍ਰੇਮੀਆਂ ਦਾ ਧੰਨਵਾਦ। ਹੋਈ ਪਈ ਫਿਰ ਵਾਜਾ ਵਾਜਾ ਮੇਰੀ ਸਾਹ, ਉੱਡਣਾ ਕਾਲਾ ਸੰਗਿਆ ਵਾਲਾ ਟੱਕਰਨ ਦੀ ਕੋਸ਼ਿਸ਼ ਕਰਦਾ ਹੋਇਆ, ਆਹ ਨੰਬਰ ਦੀ ਤਾੜੀਆਂ ਵਾਲਾ ਹੋਊ, ਚਾਹੇ ਰੇਡਰ ਦਾ ਚਾਹੇ ਜਾ ਫਿਰ ਪੰਡਿਤ ਪੰਡਿਤ ਰੌੜੀਆਂ ਵਾਲਾ ਪੰਡਿਤ ਹੁਸ਼ਿਆਰਪੁਰੀ ਹੈ, ਹੁਸ਼ਿਆਰੀ ਦੇ ਨਾਲ ਨੰਬਰ ਲੈਣ ਦੇ ਵਿੱਚ ਕਾਮਯਾਬ ਹੋਇਆ ਹੈ। ਲਓ ਇੱਧਰ ਮੈਦਾਨ ਵਿੱਚ ਹੁੰਦੀ ਹੋਈ ਕਮਾਲ, ਆਹ ਹੈ ਨੌਜਵਾਨ ਅਮਨ ਠਿਕਰੀ ਵਾਲਾ ਕੋਸ਼ਿਸ਼ ਕਰਦਾ ਹੋਇਆ। ਅਲੀ ਸਾਹਿਬ 9 ਮਾਰਚ ਨੂੰ ਧਲੇਰ ਕਲਾਂ ਦੇ ਵਿੱਚ ਰਵੀ ਸਰਪੰਚ ਦੀ ਯਾਦ ਚ, ਕਹਿੰਦੇ ਜਿਹੜਾ ਗੋਪੀ ਸਰਪੰਚ ਦਾ ਪੋਲੋ ਮਾਜਰੀ ਦਾ ਯਾਰ ਹੈ, ਉਹਦੀ ਯਾਦ ਦੇ ਵਿੱਚ ਵੱਡਾ ਟੂਰਨਾਮੈਂਟ ਹੋਣਾ ਤੇ ਮੋਟਰਸਾਈਕਲ ਦੇ ਉੱਤੇ ਜਾਣਗੇ। ਕੱਲ ਭਰੀ ਕਬੱਡੀ ਪਾ ਰਹੇ, ਜੇ ਉੱਡਣਾ 3 ਜੱਫੇ ਲੈ ਗਿਆ ਤੇ 20,000 ਉੱਡਣੇ ਦੇ ਵਾਸਤੇ, ਆਪਾਂ ਉੱਡਣੇ ਲਈ ਵੀ 50 ਕਰੀਏ ਜੀ। ਲੈ ਵੀ ਉੱਡਣੇ ਤੇਰੇ ਵਾਸਤੇ ਵੀ 50,000 ਹੋਊਗਾ ਜੇ 3 ਜੱਫੇ ਲਗਾਤਾਰ ਲਾ ਗਿਆ। ਸੋ ਅੰਦਰ ਕਬੱਡੀ ਕਲੱਬ ਨਕੋਦਰ ਦੀ ਟੀਮ ਦਾ ਜਿਹੜਾ ਵੀ ਜਾਫੀ 3 ਜੱਫੇ ਲਗਾਤਾਰ ਲਾ ਗਿਆ ਉਹਨੂੰ 50,000 ਦਿੱਤਾ ਜਾਵੇਗਾ। ਜਸੋਲ ਜੀ ਐਡ ਕਰ ਦਿਓ ਇਧਰੇ ਪਾਸੇ ਆਪਣੇ ਪੈਸੇ 10,000 ਵੀ, ਇਹਨਾਂ ਵੀ 10,000 ਜਸੋਲ ਦਾ ਵੀ। ਆਟੋਵਾਨ ਤੇ ਸਾਡੇ ਹਰਵਿੰਦਰ ਵਾਸੀ ਸੁੱਖਾ ਵਾਸੀ ਨਿਊ ਮਿਲੇਨੀਅਮ ਟਾਇਰ ਸੈਂਟਰ ਇੰਦਰਜੀਤ ਸਿੰਘ ਜੀ ਧੁੱਗਾ ਧੁੱਗਾ ਬ੍ਰਦਰਸ ਪਲੱਸ ਜਸ ਸੋਲ, ਨਾਲ ਸਾਡੇ ਵੀ ਸੁੱਖਾ ਰੰਧਾਵਾ ਜੀ ਬੂਟਾ ਚਾਲ ਦੀ ਕਬੱਡੀ ਕਲੱਬ ਨਕੋਦਰ ਦਾ ਜਿਹੜਾ ਵੀ ਜਾਫੀ 3 ਜੱਫੇ ਹੁਣ ਤੋਂ ਲਾ ਗਿਆ ਉਹਨੂੰ 50,000 ਰੁਪਇਆ ਦਿੱਤਾ ਜਾਵੇਗਾ। ਗੱਲ ਕੱਲੇ ਕੱਲੇ ਦੀ ਨਹੀਂ, ਹੁਣ ਤੋਂ ਚਾਹੇ ਉੱਡਣਾ ਲਾਵੇ, ਚਾਹੇ ਖੁਸ਼ੀ ਲਾਵੇ, ਚਾਹੇ ਅਰਸ਼, ਚਾਹੇ ਕੇਸ਼ੀ, ਚਾਹੇ ਬੱਗਿਆਂ ਵਾਲਾ ਮੰਗੀ। ਲਓ ਪਰਮਜੀਤ ਪੁਰੀ ਹੈ ਬਾਗੀ ਦੀ ਪਈ ਹੋਈ ਕਬੱਡੀ ਦੇ, ਕਿਹੜਾ ਨੌਜਵਾਨ ਫੜਨ ਦੀ ਕੋਸ਼ਿਸ਼ ਕਰਦਾ? ਬੜਾ ਵੱਡਾ ਮੁਕਾਬਲਾ ਖੇਡਿਆ ਜਾ ਰਿਹਾ, ਨੰਬਰ 1-1 ਕੀਮਤੀ ਹੈ, ਵਜੂ ਸਿੱਧਾ ਇੱਕ ਦੇ ਮਿਲ ਆਦਰੀ ਸਾਹਿਬ ਕੇਸ਼ੀ ਮਰਨ ਵਾਲੀ ਆ। ਆਓ ਵਾਹ, ਓਏ ਨੌਜਵਾਨ ਵਾਹ, ਕੁਆਇੰਟ ਰੇਟ ਉਹ ਦੇ ਹਿੱਸੇ ਹੈ ਪਰਮਜੀਤ ਪੁਰੀ ਦਾ। ਬਾ ਤਕੜਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ, ਸੁੱਖਾ ਰੰਧਾਵਾ ਜੀ ਕੁਇਕ ਟਾਇਰ ਵਾਲੇ ਅੱਜ ਵੱਡਾ ਮਾਣ ਕਰੀ ਜਾਂਦੇ ਤੇ ਉਹਨਾਂ ਦਾ ਧੰਨਵਾਦ ਹੈ। ਬਲਰਾਮ ਸਿੰਘ ਭੂਰਾ ਬੱਗੇ ਪਿੰਡ ਵਾਲਾ ਲੀਗ ਦਾ ਕਹਿੰਦੇ ਵੀ ਬੈਸਟ ਧਾਵੀ, ਤੇ ਉਧਰਲੇ ਪਾਸੇ ਵੇਖੋ ਐਨ ਚੱਕਾ ਜਾਮ ਹੋ ਗਿਆ ਤੇ ਤਾੜੀਆਂ ਵੱਜਣਗੀਆਂ। ਲਓ ਜ਼ੋਰਦਾਰ ਤਾੜੀਆਂ ਦੇ ਵਿੱਚ ਅੱਜ ਮੀਰੀ ਪੀਰੀ ਦੇ ਸਟਾਪਰ ਵੀ ਕਹਿੰਦੇ ਸਿਰੇ ਦੇ ਜੱਫੇ ਲਾਈ ਜਾ ਰਿਹਾ ਹੈ। ਲਓ ਸਿਰੇ ਦੇ ਜੱਫੇ, ਇਹ ਹੈ ਅਮਨਵੀਰ ਠਿਕੜੀ ਵਾਲਾ ਐਨ ਤਕੜਾ ਜੱਫਾ ਲਾਉਂਦਾ ਹੋਇਆ। ਉਧਰ ਘੁੱਗੀ ਬੱਲ ਭਰੀਆ ਸਮੁੰਦਰ ਜੇ ਕੱਦ ਵਾਲਾ ਬੜਾ ਤਿੱਖਾ ਢਾਵੀ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਤੇ ਰਵੀ ਸਰਪੰਚ ਦੀ ਯਾਦ ਚ ਕਹਿੰਦੇ ਵੀ ਹੋਰ ਕਰਾਂ ਦੇ ਵਿੱਚ 9 ਮਾਰਚ ਨੂੰ ਕਬੱਡੀ। ਗੁਰਮੁਖ ਸਿੰਘ ਜੀ ਅਟਵਾਲ ਸਾਡੇ ਵੀਰ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੇਵਾ ਸਿੰਘ ਜੀ
ਤੇ ਨਾਲ ਬੂਟਾ ਚਾਲ ਉਹਨਾਂ ਦਾ ਮੰਡ ਬ੍ਰਦਰਸ ਮੰਡ ਜਨਰਲ ਮੰਡ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲਓ ਅਗਲੀ ਕਬੱਡੀ ਮੈਦਾਨ ਦੇ ਵਿੱਚ ਬੈਠੇ ਆਹ ਲਓ ਜੀ ਹੁਣ ਮੱਖਣ ਮੱਖੀ ਵਾਲਾ ਵਧੀਆ ਹੋਇਆ ਕਬੱਡੀ ਦਾ ਖਿਡਾਰੀ ਏਕਮ ਹਠੂਰ ਵਾਲਾ ਕਰਦਾ ਕੋਸ਼ਿਸ਼ ਟੱਕਰ ਦੀ ਹੁੰਦੀ ਹੋਈ ਬੱਲੇ ਬੱਲੇ ਹਰਿਆ ਪਿੱਛੇ ਆਓ ਇਹ ਵਧੀਆ ਜਾਫੀ ਦੀ ਖੂਬੀ ਹੈ ਉਹ ਹੰਦਿਆਂ ਲਾ ਕੇ ਸਗਲ ਘੱਟ ਖੜਦਾ ਇਹੋ ਜਿਹੀ ਮੂਵਮੈਂਟ ਦੇ ਕਿਉਂਕਿ ਸੱਟ ਲੱਗ ਸਕਦੀ ਜਾਂ ਰੇਡਰ ਦੇ ਜਾਂ ਜਾਫੀ ਦੇ ਇਹ ਵਧੀਆ ਖਿਡਾਰੀ ਦੀ ਖੂਬੀ ਹੈ ਦਬਾਅ ਦੇ ਬਿੱਟੂ ਦੀ ਇਹ ਖੂਬੀ ਰਹੀ ਬਹੁਤ ਬਹੁਤ ਧੰਨਵਾਦ ਜਸੋਲ ਜੀ ਸਾਡੇ ਗੁਆਂਢੀ ਪਿੰਡਾਂ ਤੋਂ ਨੇ ਅਠੌਲਾ ਪਿੰਡ ਹੈ ਦੇਵੇ ਪੰਡਾਲ ਉਹਨਾਂ ਦੇ ਨਾਲ ਜਿਹਨਾਂ ਦੇ ਵੱਡੇ ਪਿਆਰ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਇੰਦਰਜੀਤ ਸਿੰਘ ਜੀ ਧੋਗਾ ਸਾਹਿਬ ਨਿਊ ਮਿਲੇਨੀਅਮ ਟਾਇਰ ਸੈਂਟਰ ਕਰਨ ਕੁਮਾਰ ਜੀ ਕਿੱਧਰਲੇ ਪਾਸੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਦੁਨੀਆਂ ਦੇ ਵੱਡੇ ਪ੍ਰਮੋਟਰ ਨੇ 7 ਮਾਰਚ ਹੈ ਦਿਨਵੇ ਦਾ ਕਬੱਡੀ ਕੱਪ ਹੈ ਸ਼ਹੀਦ ਬਚਨ ਸਿੰਘ ਜੀ ਦੀ ਯਾਦ ਦੇ ਵਿੱਚ ਆਪ ਸਭ ਨੂੰ ਸੱਦੇ ਦਿੱਤੇ ਜਾ ਰਹੇ ਨੇ ਲਓ ਸੀਚੇ ਵਾਲੀ ਹੈ ਮਨਿੰਦਰ ਅਗਲੀ ਪਈ ਹੋਈ ਕਬੱਡੀ ਦੇ ਕੌਣ ਨੌਜਵਾਨ ਮੀਰੀ ਮੀਰੀ ਕਬੱਡੀ ਕਲੱਬ ਅਮਰੀਕਾ ਦਾ ਲਾਓ ਜੱਫਾ ਲਓ ਗੱਭਰੂ ਦੇਸ਼ ਪੰਜਾਬ ਦੇ ਦੇਖੋ ਜਿੱਸਿਆਂ ਦੇ ਵਿੱਚ ਆਣ ਆਹ ਗਦ ਗਦ ਚੌੜੀਆਂ ਛਾਤੀਆਂ ਇਹ ਦਿਨ ਦੇ ਠੱਲ ਤੂਫਾਨ ਇਹ ਅੰਬਰੀ ਗੁੱਡੀ ਚਾੜਦੇ ਟਾਕੀ ਲਾਉਂਦੇ ਵਿੱਚ ਸਮਾਨ ਇਹ ਤਨਮਨ ਦੇ ਨਾਲ ਜੂਝਦੇ ਬਾਰਡਰ ਹੋਏ ਦਾ ਖੇਡ ਮੈਦਾਨ ਆਹ ਬੱਲੇ ਬੱਲੇ ਹੁੰਦੀ ਹੋਈ ਤੇ ਇਹਨਾਂ ਦੇ ਕੰਧਿਆਂ ਤੇ ਝੂਲਦੀ ਯਾਰੋ ਦੇਸ਼ ਕੌਮ ਦੀ ਸ਼ਾਨ ਸਾਈਓ ਰੱਬ ਵਰਗਾ ਹੈ ਦੋਸਤੋ ਵਿਣ ਗਿਰਨਾ ਤੇ ਬਾਣ ਵਿਣ ਗਿਰਨਾ ਤੇ ਬਾਣ ਕੁਲਵਿੰਦਰ ਵਿਣਗ ਪਹਾੜੋ ਕੀ ਵਾਲਾ ਲਓ ਹਾਫ ਸਮਾਂ ਉਧਰ ਧਲੇਰ ਕਲਾਂ ਦੇ ਵਿੱਚ 9 ਮਾਰਚ ਨੂੰ ਕਹਿੰਦੇ ਸਰਪੰਚ ਰਵੀ ਖਵਾਜਕੇ ਵਾਲੇ ਦੀ ਯਾਦ ਦੇ ਵਿੱਚ ਦੇਣ ਖੇਡ ਕਬੱਡੀ ਦੇ ਵਾਸਤੇ ਬੋਲੋ ਫੈਸਲਾ ਕਰਨਾ ਹੈ ਜੇ ਖੁਸ਼ੀ ਦੋ ਜਫੇ ਲਗਾਤਾਰ ਲਾਗਾ ਤੇ 1 ਲੱਖ ਰੁਪਈਆ ਖੁਸ਼ੀ ਦੇ ਵਾਸਤੇ ਆਹ ਤਾੜੀਆਂ ਮਾਰ ਦੋ ਇੱਕ ਵਾਰੀ ਪੰਜਾਬੀ ਵੀਰੇ ਜ਼ੋਰਦਾਰ ਜੇ 2 ਜਫੇ ਲਗਾਤਾਰ ਲੱਗਣ ਕੇ ਤੇ ਖੁਸ਼ੀ ਲਈ 1 ਲੱਖ ਰੁਪਈਆ ਹੋਊਗਾ ਤਾਂ ਮੈਦਾਨ ਵਿੱਚ ਪਰਮਜੀਤ ਪੁਰੀ ਬਾਕੀ ਦੀ ਪਈ ਹੋਈ ਰੇਡ ਤੇ ਕਿਹੜਾ ਨੌਜਵਾਨ ਫੜਨ ਦੀ ਕੋਸ਼ਿਸ਼ ਕਰਦਾ ਅੰਦਰ ਇੱਕ ਵੱਡੀ ਕਲਬ ਨੇ ਕੋਤਰਦਾ ਇਹ ਆ ਪੱਕਿਆਂ ਵਾਲਾ ਦੁਨੀਆ ਦਾ ਕੇ ਆਓ ਜਿਹਨਾਂ ਜਿਹਨਾਂ ਨੂੰ ਬਾਜੀ ਦੀ ਖੇਡ ਪਿਆਰੀ ਉਹ ਤਾੜੀਆਂ ਮਾਰ ਕੇ ਦੱਸਦੇ ਨੇ ਇੱਕ ਵਾਰੀ ਜ਼ੋਰਦਾਰ ਓ ਵਾਹ ਸਾਰੀ ਸੰਗਤ ਖੁਸ਼ ਹੈ ਸੰਗਤ ਦੇ ਵਿੱਚ ਕਹਿੰਦੇ ਰੱਬ ਵਸਦਾ ਹੈ ਇਹ ਰੱਬ ਦਾ ਰੂਪ ਹੈ ਸਾਰੀ ਸੰਗਤ ਜਿਹਨਾਂ ਦੀ ਦੇਣ ਖਿਡਾਰੀ ਨੇ ਇਹ ਕਲੱਬਾਂ ਨੇ ਇਹ ਪ੍ਰਬੰਧਕ ਨੇ ਆਓ ਇਹ ਖੇਡ ਮੈਦਾਨ ਨੇ ਬੁਲਾਰੇ ਨੇ ਜਰਨਲਿਸਟ ਨੇ ਕਮੈਂਟੇਟਰ ਨੇ ਤਾਂ ਮੈਦਾਨ ਦੇ ਵਿੱਚ ਬੱਲੇ ਬੱਲੇ ਹੁੰਦੀ ਹੋਈ ਹਰ ਦੋ ਪਾਸੇ ਆਹ ਬਲੈਤੀਆ ਕੋਸ਼ਿਸ਼ ਕਰਦਾ ਡੱਕਣ ਦੀ ਇੱਕ ਪਾਸੇ ਮੱਖੀ ਔਰ ਦੂਸਰੇ ਪਾਸੇ ਬਲੈਤੀ ਹੈ ਮੈਦਾਨ ਮੱਖਣ ਮੱਖੀ ਐਨ ਕਹਿੰਦੇ ਵੀ ਸਿਰੇ ਦਾ ਬੈਂਡ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਪੂਰਾ ਤਕੜਾ ਮੈਚ ਚੱਲ ਰਿਹਾ ਹੈ ਬਿਲਕੁਲ ਬਰਾਬਰੀ ਦੇ ਮੁਕਾਬਲੇ ਚੱਲ ਰਿਹਾ ਹੈ ਖੁਸ਼ੀ ਦੋ ਜਫੇ ਲਗਾਤਾਰ ਲਗਾ ਦੇ 1 ਲੱਖ ਰੁਪਈਆ ਬੱਬਲ ਸਪਰੂਰ ਵੱਲੋਂ ਬਲਾਜ ਸੰਘੇ ਉਹਨਾਂ ਵੱਲੋਂ ਮਾਨ ਸਨਮਾਨ ਇੰਦਰਜੀਤ ਧੋਕੇ ਉਹਨਾਂ ਵੱਲੋਂ ਮਾਨ ਸਨਮਾਨ ਔਰ ਸਾਡੇ ਵੀਰ ਗੁਰਜੀਤ ਮਾਂਗੜ ਉਹਨਾਂ ਵੱਲੋਂ ਦਿੱਤੇ ਜਾਣਗੇ ਹਰ ਜੋ ਪਾਸੇ ਆ ਮੁੰਡਾ ਹਰਸ਼ ਚੇਲਾ ਸਾਹਿਬ ਦਾ ਪਹਾੜ ਜਿੱਡਾ ਖਿਡਾਰੀ ਟੱਕਰਨ ਦੀ ਕੋਸ਼ਿਸ਼ ਕਰਦਾ ਆ ਪੰਡਤ ਦਾ ਮੁੱਠੀ ਪਰ ਸਰੀਰ ਹੈ ਜੇ ਪੰਡਤ ਨੰਬਰ ਲਾ ਗਿਆ ਤੇ ਪੰਡਤ ਪੁਆਇੰਟ ਵੇਖੋ ਸਾਹਮਣੇ ਕੀ ਫੈਸਲਾ ਦਿੱਤਾ ਜਾ ਰਿਹਾ ਹੈ ਪੁਆਇੰਟ ਕਿਸ ਖਿਡਾਰੀ ਦਾ ਹੋਵੇਗਾ ਹਾਂ ਤਾਲਮੇਲ ਨਾਲ ਖੁਸ਼ੀ ਤਾਲਮੇਲ ਨਾਲ ਫੈਸਲਾ ਨੌਜਵਾਨ ਹੈ ਹਾਂ ਅਰਸ਼ ਦੇ ਸਤਾਰੀਆਂ ਨਾਲ ਦੇ ਅਰਸ਼ ਦੇ ਵਾਸਤੇ ਜ਼ੋਰਦਾਰ ਅਰਸ਼ ਚੋੜਾ ਸਾਹਿਬ ਦਾ ਖੁਸ਼ੀ ਦੇ ਕਹਿੰਦੇ 2 ਜਫਿਆਂ ਦੇ 1 ਲੱਖ ਰੁਪਇਆ ਬੱਬਲ ਸੰਗਰੂਰ ਮਨਵੀਰ ਔਜਲਾ ਨਾਲ ਕਹਿੰਦੇ ਇੰਦਰਜੀਤ ਧੋਗਾ ਤੇ ਜਸ ਸੋਹਲ ਖੁਸ਼ੀ ਦੇ ਲਗਾਤਾਰ 2 ਜਫਿਆਂ ਦੇ ਸੁੱਖਾ ਰੰਧਾਵਾ ਕਹਿੰਦੇ ਵੀ 1 ਲੱਖ ਰੁਪਏ ਦੇ ਵੱਡੇ ਮਾਸਮਣ ਹੋਣਗੇ ਜੇਕਰ ਖੁਸ਼ੀ ਲਗਾਤਾਰ 2 ਜਫੇ ਲਾਉਂਦਾ ਲਓ ਸੀਚੀ ਵਾਲੀਆਂ ਮਨਜਿੰਦਰ ਕਬੱਡੀ ਪਾ ਰਿਹਾ ਤੇ 4 ਜਾਫੀ ਤਿਆਰੀ ਦੇ ਵਿੱਚ ਅਮਨਵੀਰ ਫਿਗਰੀ ਦਾ ਇਹ ਬੱਲੇ 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 ਤੇ ਮੈਦਾਨ ਦੇ ਵਿੱਚ ਮਨਜਿੰਦਰ ਕਬੱਡੀ ਕਲੱਬ ਨਕੋਦਰ ਹੁਣ 3 ਜਫੇ ਲਗਾਤਾਰ ਦੀ ਕਟਿੰਗ ਹੋ ਗਈ ਹੈ ਜਿਹੜਾ ਵੀ ਹੁਣ ਤੋਂ 3 ਜਫੇ ਲਾ ਦੂ ਪੂਰੇ ਮੈਚ ਦੇ ਵਿੱਚ ਉਹਨੂੰ 50,000 ਰੁਪਇਆ ਦਿੱਤਾ ਜਾਵੇਗਾ ਪਰ ਜੇ ਖੁਸ਼ੀ 2 ਲਾ ਗਿਆ ਲਗਾਤਾਰ ਤੇ ਉਹਨੂੰ 1 ਲੱਖ ਦਿੱਤਾ ਜਾਣਾ ਹੈ ਲਓ ਮੈਦਾਨ ਦੇ ਹਾਂ ਜੇ ਖੁਸ਼ੀ 3 ਲਾ ਗਿਆ ਤਾਂ ਉਹਨੂੰ 1.5 ਦਿੱਤਾ ਜਾਵੇਗਾ ਕਿਉਂਕਿ ਖੁਸ਼ੀ ਦੇ ਨਾਲ ਪਿਆਰ ਹੈ ਇਹਨਾਂ ਵੀਰਾਂ ਦਾ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਸਾਰੇ ਮਹਾਨ ਖਿਡਾਰੀਆਂ ਨਾਲ ਪਿਆਰ ਹੈ ਲਓ ਪੱਕਿਆਂ ਵਾਲਾ ਕਰਦਾ ਕੋਸ਼ਿਸ਼ ਬਾਕੀ ਦੀ ਪਈ ਫਿਰ ਰੇਡ ਹੁੰਦਾ ਹੋਇਆ ਕਮਾਲ ਹਰ ਜੋ ਪਾਸੇ ਲਓ ਬੱਬਰ ਸ਼ੇਰ ਪਿੱਛੇ ਦੋ ਕਬੱਡੀ 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 ਬਾਕੀ
देखो चमकू कौन सतारा अड्डी चोटी का जोर हम लगूगा दुनिया खड़ के वेखो खूब नजारा बल्ले बल्ले हुई हुई अगली रेड इस मैदान में मक्खन मक्खी नहीं पई हुई कामदार जोर हरविंदर बासी दे सुखा बासी हजार रुपया जरा तीन जफे हार चोला साहब बहुत तगड़ा जफा इधर पासे मैदान के अंदर लगता हजार रुपया दिता जाना है एनआरए कबड्डी क्लब ने खोदर की टीम का जेड़ा जाफी हाफ समेत तीन टोटल तीन जफे राहु इंद्रजीत सिंह धोगा वीरपाल धोगा काला धोगा जसोल सुखा रंधावा क्विक टायर वाले कबड्डी क्लब अमरीका के अमन सिंगली वास्ते ये मान सम्मान पर एकम पूरे जाहो जराल के खेल रहा है डाटा खेलने की कोशिश करता भारी मगर बचकी कैची हर तगड़े जफे की कोशिश चल रही है एक मथुर है बगला पिता बलकीर सिंह मां चरणजीत कौर के तीन पुत्र खेलते हैं एक नानक है एक नरपाय एक एकम मन्ने परमन्ने कबड्डी खिलाड़ियों के तौर पर नाम है इन्हों वीर का लाओ इधर पास जुड़िए फिर खेल मैदान दे अली साहब एकम लगता भी अज मोटरसाइकिल का जो कदम बढ़ा रहा है खिलाड़ी गड्डी हुई झंडी नूं पट के दिखावांगा बल्ले बल्ले हुंदी हुई नौजवान अर्श चोला साहब दा खाज के वाला रवि कहिंदे भी अपने नगर च ਵੱਡਾ ਮੇਲਾ ਕਰਾਉਂਦਾ ਤੇ ਜਫੇ ਹੋ ਗਏ ਨੇ ਅਰਸ਼ ਚੋਲਾ ਸਾਹਿਬ ਦੇ ਦੋ ਜਫੇ ਹੋ ਗਏ ਨੇ ਧਲੇਰ ਕਰਾਂਦੇ ਕਬੱਡੀ ਕੱਪ ਦੀ 6 ਤਰੀਕ ਨੂੰ ਪਰਮਜੀਤਪੁਰ ਦੇ ਵਿੱਚ ਵੱਡਾ ਕਬੱਡੀ ਕੱਪ ਹੋਵੇਗਾ ਜਿਹੜੇ ਬੈਸਟ ਆਉਣਗੇ ਉਹਨਾਂ ਨੂੰ ਮੱਝਾਂ ਦਿੱਤੀਆਂ ਜਾਣਗੀਆਂ ਪਿੰਡ ਪੱਧਰ ਦੇ ਸੱਦੀਆਂ ਹੋਈਆਂ ਟੀਮਾਂ ਦੇ ਮੁਕਾਬਲੇ ਹੋਣਗੇ ਪਰਮਜੀਤਪੁਰ ਬਾਗੀ ਦੇ ਪਿੰਡ ਵੱਡਾ ਖੇਡ ਮੇਲਾ ਹੋਵੇਗਾ 6 ਮਾਰਚ ਆਪ ਸਭ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਕਾਲਾ ਪਰਮਜੀਤ ਵਰੀ ਅੱਜ ਉਹ ਵੀ ਕਹਿੰਦੇ ਆਨੰਦ ਮਾਣਦਾ ਲਾਈਵ ਨਿੰਦਰ ਧਾਰੀਆਲ ਧਾਰੀਆਲ ਪਰਿਵਾਰ ਦਾ खुशी मन्ने पर मन्ने कबड्डी के खिलाड़ी ने हल्का जिहा टच दे परमजीत मरिया बागी फिर बागियां पाउंदा होया नौजवान मैदान दे अंदर बागी परमजीत मरिया सिरे दा पैंट सुखा रंधावा क्रिकेट टायर वाले मुबारकबाद अगली कबड्डी नाल फिर जुड़ी इस मैदान दे अगली पैंदी हुई कबड्डी फिर मैदान दे परमजीत बुरिया बागी बागियां पाउंदा होया ਬਦਿਆ ਮੈਦਾਨ ਦੇ ਵਿੱਚ ਕਿਹੜਾ ਟੱਕਰਨ ਦੀ ਕੋਸ਼ਿਸ਼ ਕਰਦਾ ਬੋਲੇ ਹੋਏ ਧਾਵੇ ਨੂੰ ਕਿਹੜਾ ਪਾਉ ਠਾਲਾ ਜਿਸ ਮੈਦਾਨ ਦੇ ਵਿੱਚ ਨਾ ਪਰਮਜੀਤ ਮੁਰੀਆ ਦੁਨੀਆ ਦਾ ਮੰਨਿਆ ਪਰਮੰਨਿਆ ਕਬੱਡੀ ਦਾ ਖਿਡਾਰੀ ਹੈ ਬਈ ਹੋਈ ਕਬੱਡੀ ਵੱਖਰਾ ਜਿਹਾ ਦ੍ਰਿਸ਼ ਪੇਸ਼ ਹੋ ਰਿਹਾ ਨਾ ਦੂਸਰੇ ਪਾਸੇ ਉਡਣਾ ਕਾਲਾ ਸੰਗਿਆ ਵਾਲਾ ਕਹਿੰਦਾ ਮੈਂ ਡੱਕੇ ਦਿਖਾਉਂਦਾ ਇਸ ਮੈਦਾਨ ਦੇ ਵਿੱਚ ਅਰਸ਼ ਚੋੜਾ ਸਾਹਿਬ ਦੇ ਦੋ ਜਫੇ ਲੱਗੇ ਹੋਏ ਹੈ ਜੇ ਤੀਜਾ ਲਾ ਜਾਂਦਾ ਤਾਂ 50,000 ਰੁਪਇਆ ਇੰਦਰਜੀਤ ਸਿੰਘ ਜੀ ਧੁੱਗਾ ਨਾਲ ਜਸ ਸੋਲ ਸੁਖਾ ਵਾਸੀ ਹਰਵਿੰਦਰ ਵਾਸੀ ਨਾ ਸੁਖਾ ਰੰਧਾਵਾ ਕ੍ਰਿਕਟਰ ਵਾਲੇ 5,000 ₹5,000 ਸੁਖਾ ਰੰਧਾਵਾ ਕ੍ਰਿਕਟਰ ਸਰਵਿਸ ਡਾਇਰੈਕਟਰ ਓਨਟਾਰੀਓ ਫੈਡਰੇਸ਼ਨ ਆਫ ਸਪੋਰਟਸ
ਮੀਰੀ ਪੀਰ ਦੇ ਹਰ ਇੱਕ ਜਫੇ ਤੇ 5000 ਰੁਪਏ ਦੇ ਵੱਡੇ ਮਾਨ ਸਮਾਨ ਹੈ ਢੇਰ ਕਰਾਂ ਦੇ ਵਿੱਚ ਰੇਕ ਹੈ ਆਰਾਮ ਦੇ ਪੱਲ ਹੈ ਅੱਗੇ ਨਾ ਮੋਢੇ ਨਾਲ ਮੋਢਾ ਲਾ ਕੇ ਚੱਲਣ ਤੇ ਨਾਲ ਸਾਨੂੰ ਸੁਝਾ ਦੇਣ ਤੇ ਇਸ ਸਾਲ ਆਪਾਂ ਇਸ ਕਮੀ ਤੋਂ ਇਸ ਤੋਂ ਵਾਂਝੇ ਸੀ ਨੈਕਸਟ ਟਾਈਮ ਆਪਾਂ ਉਹ ਕਮੀ ਪੂਰੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਜਾ ਜਫਾ ਲਾਉਂਦਾ ਤਾਂ 50000 ਰੁਪਏ ਦੇ ਲਾਓ ਬੱਲੇ ਬੱਲੇ ਤੇ ਬਸ ਖੁਦਾ ਗਵਾਹ ਇਹਨਾਂ ਕਬੱਡੀ ਕੱਪਾਂ ਦੇ ਵਾਸਤੇ ਵੱਡੇ ਸਹਿਯੋਗ ਨੇ ਲਾ ਮੈਦਾਨ ਦੇ ਵਿੱਚ ਮੱਖਣ ਮੱਖੀ ਵਾਲਾ ਹਰ ਜੋ ਪਾਸੇ ਆ ਮੁੰਡਾ ਹਵਾ ਹਵਾਈ ਇਹਨਾਂ ਨੇ ਕਬੱਡੀ ਕਲੱਬ ਨੇ ਕੋਦ ਸਾਡੇ ਰਾਜ ਯਾਮਾਰਾ ਵਰਗੇ ਵੀਰ ਉਧਰੇ ਪਾਸੇ ਜਿਹਨਾਂ ਨੇ ਦੇਣ ਇਸ ਖੇਡ ਕਬੱਡੀ ਨੂੰ ਲਾਓ ਅਗਲੀ ਰੇਡ ਪਾਉਂਦੇ ਨੇ ਇਹ ਆ ਪਰਮਜੀਤ ਪੁਰੀ ਹੈ ਬਾਗੀ ਬਾਗੀ ਹੋ ਗਈ ਮਿੱਤਰੋ ਮੁੰਡਾ ਉੱਠਿਆ ਤੂਫਾਨ ਬਣ ਕੇ ਮਿਹਨਤ ਦਾ ਮੁੱਲ ਮੋਲਦਾ ਪੂਰੀ ਡੋਲਿਆਂ ਪੱਟਾਂ ਦੇ ਵਿੱਚ ਜਾਨ ਰੋਜ਼ੀ ਖੈਰੇ ਫਕਰ ਸੁਭਾਅ ਦਾ ਖਿਡਾਰੀ ਤਾਂ ਇਹ ਗੁੜੀ ਗੁੱਡੀ ਚੜੀ ਵਿੱਚ ਸਮਾਨ ਗੁੱਡੀ ਸਮਾਨ ਚੜੀ ਹੋਈ ਮੁੰਡਾ ਹਾ ਕਮਾਲ ਕਮਾਲ ਇਹ ਪਰਮਜੀਤ ਪੁਰੀ ਆ ਬਾਗੀ ਬਹੁਤ ਵਧੀਆ ਬਾਗੀਆਂ ਪਾਉਂਦਾ ਹੋਇਆ ਮੈਦਾਨ ਦੇ ਨਾ ਸੁਖਾ ਰਵਾਦਾ ਕੁਕਟਾਰ ਨਾਲ ਕਹਿੰਦੇ ਵੀ ਕੀਪਾ ਟਾਂਡਾ 5000 ਰੁਪਇਆ ਮੇਰੀ ਪੀਰੀ ਦੀ ਟੀਮ ਦਾ ਜਿਹੜਾ ਵੀ ਜਾਫੀ ਜਫਾ ਲਓ ਇੱਕ ਜਫਾ ਲਓ ਤੇ 5000 ਹੋਵੇਗਾ ਹੁਣ ਤੋਂ ਬਾਅਦ ਇੰਦਰਜੀਤ ਧੁੱਗਾ ਸੁਖਾ ਰੰਧਾਵਾ ਜੀ ਉਹਨਾਂ ਵੱਲੋਂ ਜੇ ਇੱਕ ਜਫਾ ਲਾਵੇਗਾ ਜੇ ਅਮਨ ਸਿੰਘੜੀ ਜਫਾ ਲਾਦਾ ਉਹਦੇ ਲਈ ਵੀ 5000 ਜਸੋ ਜੀ ਹੋਣੀ ਐਲਾਨ ਕਰ ਰਹੇ ਨੇ ਮੇਰੀ ਮੇਰੀ ਕਬੱਡੀ ਕਲੱਬ ਅਮਰੀਕਾ ਦੇ ਜਾਫੀਆਂ ਦੇ ਵਾਸਤੇ ਕਹਿੰਦੇ 10 ਕਰ ਦਿਓ ਮੇਰੀ ਪੀਰੀ ਦੇ ਜਾਫੀਆਂ ਦੀ 10000 ਰੁਪਇਆ ਹੋਵੇਗਾ ਹੁਣ ਤੋਂ ਪੰਡਿਤ ਮਦਨ ਗੋਪਾਲ ਜੀ ਹੁਣ ਤੋਂ ਜੇ ਜਫਾ ਲੱਗਾ ਤੇ 10000 ਹੋਣਾ ਖੁਸ਼ੀ 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 ਦੋ ਜਫੇ ਲਾਓ ਤਾਂ 1.5 ਲੱਖ ਰੁਪਇਆ ਸਾਰੇ ਵੇਲਣਾ ਵਰਗੇ ਪਟਰੇ ਤੇ ਡੌਲੇ ਵਾਂਗ ਤੂਫਾਨ ਅਸੀਂ ਥੰਮੀਏ ਰੁੱਖ ਤੂਫਾਨਾਂ ਦੇ ਤੇ ਪਰਬਤ ਦੇਈਏ ਚੀਰ ਸਾਡੇ ਕੰਧਿਆਂ ਉੱਤੇ ਝੂਲਦੀ ਜਾਓ ਦੇਸ਼ ਕੌਮ ਦੀ ਸ਼ਾਨ ਨਾ ਗਬਰੂ ਪਿੰਡਾਂ ਦੇਸ਼ ਬੰਦੇ ਆਵਦੇ ਤੇ ਸਾਨੂੰ ਡਾਲਿਆਂ ਉੱਤੇ ਮਾਣ ਜੇ ਜਫਾ ਲੱਗ ਗਿਆ ਤੇ 10000 ਰੁਪਇਆ ਇੰਦਰਜੀਤ ਧੁੱਗਾ ਜੀ ਉਹਨਾਂ ਵੱਲੋਂ ਹਰਵਿੰਦਰ ਬਾਸੀ ਸੁੱਖਾ ਬਾਸੀ ਸਰਵਨ ਅਲੀ ਸੁੱਖਾ ਰੰਧਾਵਾ ਤੇ ਕਰਨ ਕੁਮਾਰ ਤੇ ਜਸ ਸੂਲ ਲਾਈਵ ਤੇ ਪ੍ਰੋਬਲਮ ਆ ਰਹੀ ਹੈ ਆਪਾਂ ਕਾਫੀ ਅੱਗੇ ਅੱਗੇ ਬੇਨਤੀ ਹੈ ਜਿੰਨੇ ਵੀਰ ਧੁੱਗਾ ਸਾਹਿਬ ਥੋੜਾ ਪਿੱਛੇ ਹਟ ਕੇ ਥੋੜਾ ਜਿਹਾ ਸਾਈਡ ਦੇ ਹੋ ਜੀ ਕੈਮਰੇ ਤੁਹਾਡੇ ਸਾਰੇ ਪਿੱਠਾਂ ਦੇ ਆ ਰਹੇ ਵੀ ਮੈਚ ਬੜਾ ਦਿਲਚਸਪ ਹੈ ਪਰਮਜੀਤ ਪੁਰੀ ਬਾਗੀ ਦੀ ਪਈ ਹੋਈ ਕਬੱਡੀ 2017 ਦਾ ਸੀਜ਼ਨ ਤੇ ਮਹਿੰਗਾ ਕਬੱਡੀ ਖੜਾ ਰਹੀ ਹੈ ਲਓ ਬਈ ਹੋਰ ਰੇਡ ਤੇ ਕੌਣ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਪਰਮਜੀਤ ਪੁਰੀਆ ਬਾਗੀਆਂ ਪਾਉਂਦਾ ਹੋਇਆ ਅੱਗੇ ਵੱਧ ਕੇ ਕਰਦਾ ਹਮਲਾ ਕਿਹੜਾ ਨੌਜਵਾਨ ਲਾਊ ਜਫਾ ਐਨਆਰਆਈ ਕਬੱਡੀ ਕਲੱਬ ਨਕੋਦਰ ਦੀ ਟੀਮ ਦਾ ਲਾ ਹੁੰਦਾ ਹੋਇਆ ਕਮਾਲ ਤੇਰੀ ਸਾ ਇੱਕ ਜ਼ੋਰ ਦੇ ਨਾਲ ਹਰ ਦੇ ਪਾਸੇ ਬਹੁਤ ਤਗੜੇ ਜਫੇ ਦੀ ਕੋਈ ਬੱਗੀ ਕਰਦਾ ਹੋਇਆ ਦੇਪੀ ਪੁਰੇਵਾ ਦਾ ਚਹੇਤਾ ਖਿਡਾਰੀ ਬੱਗੀ 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 ਇਹਨਾਂ ਦੋਨੇ ਸੁਪਰ ਸਟਾਰਾਂ ਲਈ ਇੱਕ ਵਾਰੀ ਤਾੜੀ ਮਾਰ ਦਿਓ ਪੰਜਾਬੀ ਵੀਰੇ ਦੋਨੇ ਸੁਪਰ ਸਟਾਰਾਂ ਦੇ ਵਾਸਤੇ ਮੰਗੀ ਵੀ ਤਗੜਾ ਖਿਡਾਰੀ ਤੇ ਬਾਗੀ ਵੀ ਮੰਨਿਆ ਪਰਮੰਨਿਆ 10000 ਰੁਪਇਆ ਮੇਰੀ ਮੇਰੀ ਦੀ ਹਰ ਇੱਕ ਜਫੇ ਤੋਂ ਖੁਸ਼ ਹੋ ਕੇ ਇੰਦਰਜੀਤ ਧੁੱਗਾ ਤੇ ਨਾਲ ਕਹਿੰਦੇ ਵੀ ਸੁਖਾ ਰੰਧਾਵਾ ਨਾਲ ਜਸ ਕਰਨ ਕੁਮਾਰ ਵੱਲੋਂ 10000 ਰੁਪਏ ਦਾ ਪਰ ਜਫਾ ਜਿਹੜਾ ਮੇਰੀ ਮੇਰੀ ਦੇ ਹਰ ਇੱਕ ਜਫੇ ਲਈ ਵੱਡੇ ਜਿਹੜੇ ਮਾਨ ਸਨਮਾਨ ਦੇ ਉੱਤੇ ਜਾਣਗੇ 10000 ਰੁਪਇਆ ਜਾਸੋ ਨੇ ਵੀ ਐਲਾਨ ਕਰਤਾ ਹੈ ਵੀ ਐਨਆਰਆਈ ਕਬੱਡੀ ਕਲੱਬ ਨਕੋਦਰ ਦੀ ਟੀਮ ਦਾ ਜਿਹੜਾ ਜਾਫੀ ਜਫਾ ਲਾਓ ਸੋਹਣ ਸਿੰਘ ਜੀ ਉੱਪਰ ਐਲਾਨ ਕਰ ਰਹੇ ਨੇ ਏਕਮ ਜਿੰਨੇ ਜਫੇ ਲੱਗੇਗਾ ਹੁਣ ਤੋਂ ਉਹਨੇ 5000 ਦਿੱਤੇ ਜਾਣਗੇ ਉਹਨੇ 5000 ਦਿੱਤੇ ਜਾਣਗੇ ਬੱਲੇ 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 ਵੇਖੋ ਸਾਹਮਣੇ ਪੁਆਇੰਟ ਧਾਵੀ ਦਾ ਹੈ ਪੁਆਇੰਟ ਧਾਵੀ ਦਾ ਉਹ ਪੁਆਇੰਟ ਸਟੰਪਰ ਦਾ ਜਗਤਾਰ ਜੀ ਕੀ ਫੈਸਲਾ ਰਲ ਮਿਲ ਕੇ ਫੈਸਲਾ ਦੇ ਜਿੰਨੇ ਵੀ ਜਫੇ ਲਾਓ 10000 ਰੁਪਇਆ ਜਸੋਲ ਸਾਹਿਬ ਨੇ ਐਲਾਨ ਕਰ ਦਿੱਤਾ ਖੁਸ਼ੀ 2 ਲੱਖ ਤੇ 1.5 ਲੱਖ ਲੱਗ ਗਿਆ ਹਾਂ 2 ਜਫੇ ਲੱਗ ਚੁੱਕੇ ਨੇ
ਧੋਗਾ ਸਾਹਿਬ ਦੋ ਹੋ ਗਏ, ਇੱਕ ਹੋਰ ਲਾਤਾ ਤਾਂ ਫਿਰ 2 ਲੱਖ ਦਿੱਤਾ ਜਾਣਾ ਇੰਦਰਜੀਤ ਸਿੰਘ ਜੀ ਧੋਗਾ ਸਾਹਿਬ ਨੇ। ਹਾਂ 1.5 ਤੇ ਕਹਿੰਦਾ ਹੋ ਗਿਆ ਖੁਸ਼ੀ ਦਾ, ਖਿਡਾਰੀ 55,000 ਡਾਲਰ ਟੋਰਾਂਟੋ ਦੇ 6 ਮੈਚਾਂ ਦੇ ਵਿੱਚ 30 ਲੱਖ ਦਾ ਜੇਤੂ ਬਣਨਾ ਬਾਕੀ, 6 ਟੂਰਨਾਮੈਂਟ ਖੇਡਣੇ ਨੇ 2017 ਦੇ ਵਿੱਚ ਤੇ ਬਾਕੀ ਨੂੰ ਦਿੱਤਾ ਜਾਣਾ 55,000 ਡਾਲਰ ਜਿਹੜਾ ਲਗਭਗ 30 ਲੱਖ ਰੁਪਈਆ ਬਣਦਾ। ਨਾ ਬਾਜੀ ਨੀ ਪਈ ਹੋਈ ਕਬੱਡੀ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦਾ, ਇਹ ਮਹਿੰਗਾ ਖਿਡਾਰੀ ਹੈ। 6 ਟੂਰਨਾਮੈਂਟਾਂ ਦੇ ਵਿੱਚ 30 ਲੱਖ ਦੇ ਵਿੱਚ ਗੱਲ ਹੋਈ, ਤਾੜੀਆਂ ਮਾਰ ਦਿਓ ਬਾਜੀ ਦੇ ਵਾਸਤੇ, ਤਾੜੀਆਂ ਮਾਰ ਦਿਓ। 55,000 ਡਾਲਰ ਅੱਜ ਤੱਕ ਕਿਸੇ ਪਲੇਅਰ ਦਾ ਟੋਰਾਂਟੋ ਦੇ ਸੀਜ਼ਨ ਦਾ ਮੁੱਲ ਇੰਨਾ ਨਹੀਂ ਪਿਆ। ਇਤਿਹਾਸ ਬਾਜੀ ਦਾ ਲਿਖਿਆ ਜਾਵੇ, ਬਾਜੀ ਦਾ ਮੁੱਲ ਪੈ ਗਿਆ। ਸੋ ਸੁਨਹਿਰੀ ਅੱਖਰਾਂ ਦੇ ਵਿੱਚ ਇਤਿਹਾਸ ਲਿਖਿਆ ਜਾਵੇਗਾ ਵੀ ਬਾਜੀ ਨੂੰ ਇੱਕ ਸੀਜ਼ਨ ਦਾ 55,000 ਡਾਲਰ ਇੰਟਰਨੈਸ਼ਨਲ ਕਬੱਡੀ ਕਲੱਬ ਇੰਟਰਨੈਸ਼ਨਲ ਪੰਜਾਬੀ 55,000 ਡਾਲਰ ਨਾ 55,000 ਡਾਲਰ ਦੇ ਰਾਣੀਆਂ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ। ਇੰਡੀਆ ਦਾ 30 ਲੱਖ ਰੁਪਈਆ ਲਗਭਗ ਬਣਨਾ, ਇੰਡੀਆ ਦਾ 30 ਲੱਖ ਰੁਪਈਆ। ਨਾ ਬਾਗੀ ਦੀ ਪਈ ਹੋਈ ਕਬੱਡੀ, 6 ਤੋਂ 7 ਟੂਰਨਾਮੈਂਟ ਵੱਧ ਤੋਂ ਵੱਧ ਖੇਡੇ ਜਾਣਗੇ ਟੋਰਾਂਟੋ ਦੇ ਖੇਡ ਸੀਜ਼ਨ ਦੇ ਵਿੱਚ। ਲਓ ਅਗਲੀ ਪਈ ਫਿਰ ਰੇਡ ਪਰਮਜੀਤਪੁਰੀ ਹੈ ਬਾਗੀ ਦੀ, ਕਿਹੜਾ ਲਾਓ ਜਾਫਾ ਹੋਈ ਪਈ ਫਿਰ ਕਮਾਲ, ਅੱਗੇ ਵੱਧ ਕੇ ਵੱਜਦਾ 1 ਨੰਬਰ ਮੰਗੀ ਹੈ ਖੁਸ਼ੀ ਮੰਗੀ ਪਰ ਇਧਰ ਖੁਸ਼ੀ ਕੋਸ਼ਿਸ਼ ਕਰ ਰਿਹਾ ਨਾ ਬੱਲੇ ਬੱਲੇ ਹੁੰਦੀ ਹੋਈ ਮੁਕਾਬਲਾ। ਰੰਧਾਵਾ ਸਾਹਿਬ ਇੱਕ ਇੱਕ ਕਬੱਡੀ ਬਾਕੀ ਹੈ, ਲਾਸਟ ਇੱਕ ਇੱਕ ਕਬੱਡੀ ਬਾਕੀ ਹੈ, ਲਾਓ ਜੀ ਨੇ ਮਾਲ ਲਾਉਣੇ ਹੋਰ ਇੱਕ ਇੱਕ ਕਬੱਡੀ ਬਾਕੀ ਹੈ, ਲਾਸਟ ਇੱਕ ਇੱਕ ਕਬੱਡੀ ਇਸ ਮੁਕਾਬਲੇ ਦੀ। ਕਿਹਾ ਜਿੰਦੂ ਅਵੇ ਮਾਇਆ ਨਾਲ ਨਹੀਂ ਜਾਣੇ, ਪਰ ਆਹ ਦੁਨੀਆਂ ਦੇ ਮਹਾਨ ਪ੍ਰਮੋਟਰ ਆਪਣੀ ਨੇਕ ਕਮਾਈ ਦੇ ਵਿੱਚੋਂ ਵੱਡਾ ਮਾਨ ਸਨਮਾਨ। ਆਖਰੀ ਬਲਾਂ ਦੇ ਵਿੱਚ ਖੇਡਿਆ ਜਾ ਰਿਹਾ ਮੁਕਾਬਲਾ, ਜਸਵੰਤ ਸਿੰਘ ਜੀ ਖੜਕ ਸਾਹਿਬ ਇੱਕ ਇੱਕ ਰੇਡ ਇੱਕ ਇੱਕ ਜਫੇ ਨੂੰ ਬਿਆਨ ਕਰ ਰਹੇ ਨੇ ਆਪਣੀ ਕਲਮ ਦੇ ਨਾਲ ਵੀ ਨੰਬਰ ਬੜਾ ਕੀਮਤੀ 5,000 ਹੋਊਗਾ। ਅਮੀਰੀ ਬਰੀ ਕਬੱਡੀ ਕਲੱਬ ਅਮਰੀਕਾ ਦਾ ਜਾਫੀ ਨੌਜਵਾਨ ਪੜ੍ਹ ਲੈ ਕੇ ਵਾਪਸ ਲਾਸਟ ਕਬੱਡੀ ਬਾਕੀ ਹੈ, ਹੋ ਸਕਦਾ ਜੇਤੂ ਬਣੂਗੀ। ਨਾ ਮੈਦਾਨ ਦੇ ਵਿੱਚ ਪਈ ਫਿਰ ਰੇਡ, ਆਖਰੀ ਪਲਾਂ ਦੇ ਵਿੱਚ ਖੇਡਿਆ ਜਾ ਰਿਹਾ ਮੁਕਾਬਲਾ, ਅੱਗੇ ਵੱਧ ਕੇ ਕੀਤਾ ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ, ਗੱਲਾਂ ਮਿੱਠੀਆਂ ਦੀ ਵੱਡੀ ਹੋਈ ਹੈ। ਮਨਕੀਰਤ ਔਲਖ ਪੁੱਜ ਗਿਆ ਸਾਡੇ ਕੋਲ, ਗਰਾਊਂਡ ਕਲੀਅਰ ਕਰੋ ਮਿਹਰਬਾਨੀ ਕਰਕੇ। ਮਨਕੀਰਤ ਜੀ ਜੀ ਆਇਆਂ ਨੂੰ, ਆਪ ਮਹਾਨ ਕਬੱਡੀ ਖਿਡਾਰੀ ਰਹੇ ਨੇ। ਮਨਕੀਰਤ ਔਲਖ ਜੀ ਅੱਜ ਕੱਲ ਪੰਜਾਬੀ ਗਾਇਕੀ ਦੇ ਵਿੱਚ ਵੱਡਾ ਨਾਮ ਹੈ। ਇੰਦਰਜੀਤ ਸਿੰਘ ਜੀ ਤੁਹਾਡਾ ਤੇ ਜਸ ਸੋਹਲ ਜੀ ਹੋਣੀ ਬਹੁਤ ਬਹੁਤ ਧੰਨਵਾਦ ਹੈ। ਮਨਕੀਰਤ ਔਲਖ ਜੀ ਆ ਗਰਾਊਂਡ ਕਲੀਅਰ ਕਰੋ ਜੀ ਇਧਰ ਪਾਸੇ ਮੇਰੇ। ਹਾਂ
ਆਪ ਤੋਂ ਗੱਲ ਸਾਹਿਬ ਮਨਕੀਰੇ ਜੀ ਨੂੰ ਸੁਨੇਹ ਦੇਣਾ ਚਲੋ ਜੀ ਸਟੇਜ ਤੇ ਆਪ ਹੀ ਮਨਕੀਰੇ ਸਿਆ ਹੈ ਫਕਰ ਝੰਡਾ ਦੇ ਵਾਸਤੇ ਮਨਕੀਰਤ ਨੇ ਕਬੱਡੀ ਵੀ ਖੇਡੀ ਹੈ ਦਲਜੀਤ ਧੋਗੇ ਉਹਨਾਂ ਦੇ ਨਾਲ ਅਲੀਸਾ ਮਾਫੀ ਚਾਹੁੰਦੇ ਇੱਕ ਵਾਰ ਸਕੋਰ ਅਨਾਸ ਕਰ ਦਈਏ ਇਹ ਜਿਹੜਾ ਮੈਚ ਖੇਡਿਆ ਗਿਆ ਸ਼ਾਮਲੇ ਵਿੱਚ ਬੀਰੀ ਬੀਰੀ ਕਬੱਡੀ ਕਲੱਬ ਨਕੋਦਰ ਦੀ ਟੀਮ ਦੇ ਬੀਰੀ ਬੀਰੀ ਕਬੱਡੀ ਕਲੱਬ ਕਪੂਰਥਲੇ ਦੀ ਟੀਮ ਦੇ ਪੁਆਇੰਟ ਹੈ 32 ਤੇ ਐਨ ਆਰ ਆਈ ਕਬੱਡੀ ਕਲੱਬ ਨਕੋਦਰ ਦੀ ਟੀਮ ਦੇ ਪੁਆਇੰਟ ਹੈ 36 ਐਨ ਆਰ ਆਈ ਨਕੋਦਰ ਫਸਟ ਤੇ ਬੀਰੀ ਬੀਰੀ ਜਿਹੜੀ ਉਹ ਸੈਕਿੰਡ ਰਹੀ ਹੈ